ਦੀ ਜਾਂਚ ਪੜਤਾਲ ਚੱਲ ਰਹੀ ਹੈ, ਪਰ ਹੁਣ ਤੱਕ ਦੀ ਜਾਂਚ ਵਿੱਚ ਸਪਸ਼ਟ ਹੁੰਦਾ ਹੈ ਕਿ ਇਹ ਤਸਵੀਰ ਸ਼ਹੀਦ ਸੁਖਦੇਵ ਸਿੰਘ ਦੀ ਹੈਗੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਐਨਵਾਇਰਨਮੈਂਟ ਵਿਭਾਗ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਸ਼ਹੀਦ ਸੁਖਦੇਵ ਦੀ ਇਹੋ ਤਸਵੀਰ ਇਸਤੇਮਾਲ ਕੀਤੀ ਗਈ ਸੀ। ਇਹ ਨਹੀਂ ਕਹਿ ਸਕਦੇ ਕਿ ਇਹ ਤਸਵੀਰ ਗਲਤ ਹੈ, ਸਾਹਮਣੇ ਦੇਖ ਕੇ ਗਲਤ ਹੈ, ਕਿਉਂਕਿ ਇਹ ਤਸਵੀਰ ਹੀ ਨੈੱਟ ਦੇ ਉੱਤੇ ਉਪਲਬਧ ਹੋ ਰਹੀ ਹੈ। ਔਰ ਦੂਸਰਾ ਇਹ ਹੈ ਕਿ ਰਾਜ ਸਰਕਾਰ ਨੇ ਵੀ ਜਦੋਂ ਜਨਮ ਸ਼ਤਾਬਦੀ ਇਹਨਾਂ ਦੀ ਮਨਾਈ ਸੀ 2007 ਦੇ 17 ਦੇ ਵਿੱਚ 17 ਦੇ ਵਿੱਚ, ਉਦੋਂ ਵੀ ਇਹਨਾਂ ਦੀ ਫੋਟੋ ਇਹੀ ਹੈ ਔਰ ਇੱਕ ਬੁੱਕ ਇਹਨਾਂ ਦੀ ਬਣੀ ਪਈ ਹੈ, ਉਹਦੇ ਉੱਤੇ ਵੀ ਇਹਨਾਂ ਦੀ ਤਸਵੀਰ ਇਹੀ ਹੈ।